ਰਾਈਡ ਕਰਨ ਜਾ ਰਹੇ ਜੇ ਕਿੱਥੋਂ ਰਾਈਡ ਸ਼ੁਰੂ ਹੋਈ ਤੇ ਕਿੱਥੋਂ ਤੱਕ ਜਾਏ ਅੱਜ ਅਸੀਂ ਇਹ ਰਾਈਡ ਸ਼ੁਰੂ ਕੀਤੀ ਹੈ ਜੀ ਬੀਜੇਪੀ ਦੇ ਐਮਪੀ ਸ਼ਵੇਤ ਮਲਿਕ ਦੀ ਕੋਠੀ ਦੇ ਬਾਹਰੋਂ ਜਿੱਥੇ ਅਸੀਂ ਧਰਨਾ ਦੇ ਰਹੇ ਹਾਂ ਪਰ ਸਾਡੇ ਕਿਸਾਨ ਵੀਰ ਬੜੇ ਦਿਨਾਂ ਤੋਂ ਅੱਜ ਅਸੀਂ ਇਹ ਰਾਈਡ ਕੱਢ ਕੇ ਪੂਰੇ ਸ਼ਹਿਰ ਤੋਂ ਜਗਾਉਣਾ ਚਾਹੁੰਦੇ ਔਰ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ 2-3 ਮਹੀਨਿਆਂ ਤੋਂ ਜੋ ਕਾਲੇ ਕਾਨੂੰਨ ਤੁਸੀਂ ਸਾਡੇ ਉੱਤੇ ਥੋਪੇ ਨੇ ਉਹਦੇ ਵਿੱਚ ਕਿਸਾਨ ਕੋਲੋਂ ਉਹਦੀ ਜ਼ਮੀਨ ਖੋਹੀ ਜਾ ਰਹੀ ਹੈ ਜੇ ਉਹ ਅੰਨ ਨਾ ਬਣਾ ਸਕਿਆ ਅਸੀਂ ਤੁਸੀਂ ਤੁਹਾਡੇ ਵਰਗੇ ਲੋਕ ਜਿਹੜੇ ਹੈ ਜਿਹੜਾ ਆਟਾ ਅੱਜ 30 ਰੁਪਏ ਖਾਂਦੇ ਹਾਂ ਉਹ 45 ਰੁਪਏ ਕਿਲੋ ਖਾਵਾਂਗੇ ਕਿਉਂਕਿ ਇਹ ਕਾਰਪੋਰੇਟ ਦਾਤਾਂ ਨੂੰ ਦੇਣਾ ਚਾਹੁੰਦੇ ਨੇ ਅਸੀਂ ਬਿਲਕੁਲ ਸਮਰਥਨ ਕਰਦੇ ਹਾਂ ਕਿਸਾਨਾਂ ਦੀ ਹਰ ਇੱਕ ਮੰਗ ਦਾ ਔਰ ਇਸ ਰਾਈਡ ਦੇ ਨਾਲ ਅਸੀਂ ਇਸ ਸ਼ਹਿਰ ਦੇ ਵਿੱਚ ਇੱਕ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਾਂ ਵੀ ਹਰ ਘਰ 'ਚੋਂ ਇੱਕ ਬੰਦਾ ਜ਼ਰੂਰ ਉੱਠੇ ਤਿਆਰ ਹੋਵੇ ਅਤੇ ਦਿੱਲੀ ਚੱਲੀਏ ਔਰ ਕਿਸਾਨਾਂ ਦੇ ਨਾਲ ਜਾ ਕੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਇਹ ਵੇਲਾ ਸਰਦੀਆਂ ਦੇ ਵਿੱਚ ਰਜਾਈ 'ਚ ਵੜਨ ਦਾ ਨਹੀਂ ਹੈ ਉੱਠੋ ਜਾਗੋ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ ਸਾਡੇ ਭਰਾ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਬੱਚੇ ਉੱਥੇ ਦਿੱਲੀ 'ਚ ਕੜਕਦੀ ਠੰਡ 'ਚ ਬੈਠੇ ਨੇ ਆਪਣੇ ਹੱਕ ਸਾਜੀ ਦੀ ਲੜਾਈ ਲੜਦੇ ਪਏ ਨੇ ਔਰ ਮੇਰੀ ਬੇਨਤੀ ਹੈ ਅੰਮ੍ਰਿਤਸਰ ਦੇ ਹਰ ਇੱਕ ਪਰਿਵਾਰ ਨੂੰ ਇੱਕ ਇੱਕ ਮੈਂਬਰ ਜ਼ਰੂਰ ਦਿੱਲੀ ਪਹੁੰਚੋ ਜੀ ਧੰਨਵਾਦ ਜੀ ਦੀਪ ਸਿੰਘ ਬਾਹਲਾ ਜੀ ਅੱਜ ਰਾਈਡ ਕਰਨ ਜਾ ਰਹੇ ਹੋ ਰਾਈਡ ਕਿੱਥੋਂ ਲੈ ਕੇ ਕਿੱਥੋਂ ਤੋਂ ਤੁਰੇ ਕਿਤੇ ਕੀ ਮਕਸਦ ਹੈ ਰਾਈਡ ਇਹ ਸਾਡਾ ਇੱਥੋਂ ਸਰਕਟ ਹਾਊਸ ਤੋਂ ਅਸੀਂ ਤੁਰੇ ਹਾਂ ਅਸੀਂ ਅਲਫਾ ਤੋਂ ਹੋ ਕੇ ਅਤੇ ਮੁੜ ਕੇ ਟੂਲ ਪਲਾਜ਼ਾ 'ਤੇ ਜਿਹੜਾ ਨਾਕਾ ਲੱਗਾ ਹੋਇਆ ਅਸੀਂ ਉੱਥੋਂ ਤੱਕ ਜਾਵਾਂਗੇ ਸਾਡਾ ਮਤਲਬ ਜਾਣ ਦਾ ਮਕਸਦ ਇਹੋ ਹੀ ਆ ਵੀ ਇਹ ਕਿਸਾਨਾਂ ਦੇ ਨਾਲ ਸ਼ਹਿਰੀ ਲੋਕ ਵੀ ਜੁੜ ਗਏ ਹੋਏ ਨੇ ਅਸੀਂ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਹਾਂ ਵੀ ਉੱਠੋ ਘਰਾਂ ਤੋਂ ਨਿਕਲੋ ਜਿੰਨੀ ਵੀ ਕਿਸੇ ਕੋਲ ਜੋ ਵੀ ਮਦਦ ਹੋ ਸਕਦੀ ਹੈ ਉਹਨਾਂ ਦੀ ਕਰੋ ਠੀਕ ਹੈ ਅਤੇ ਕੀ ਦਿੱਲੀ ਵੀ ਜਾਇਆ ਜਾ ਸਕਦਾ ਹਾਂ ਦਿੱਲੀ ਵੀ ਜਾਣ ਦਾ ਪ੍ਰੋਗਰਾਮ ਹੈਗਾ ਸਾਡੇ 2 ਗਰੁੱਪ ਹੋ ਕੇ ਆਏ ਪਹਿਲਾਂ ਹੁਣ ਅੱਗੋਂ ਦੇਖਾਂਗੇ ਕੀ ਪ੍ਰੋਗਰਾਮ ਬਣਦਾ ਉਸ ਤੋਂ ਬਾਅਦ ਅੱਜ ਕਿੰਨੀ ਕੁ ਬਾਈਕ ਲੈ ਕੇ ਜਿਹੜਾ ਰਾਈਡ ਕਰਨ ਜਾ ਰਹੇ ਸਾਡੇ 40-50 ਮੋਟਰਸਾਈਕਲ ਹੈਗੇ ਨੇ ਜਿਹੜੇ ਕਰਾਂਗੇ ਠੀਕ ਹੈ ਅਤੇ ਕਿੱਥੇ ਖਤਮ ਹੋਏਗਾ ਇਹ ਜਾ ਕੇ ਟੂਲ ਪਲਾਜ਼ਾ ਮਾਨਾਵਾਲਾ ਦੇ ਹੋਏਗਾ